ਸਤਿ ਸ਼੍ਰੀ ਅਕਾਲ ਜੀ। ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਹਰ ਰੋਜ਼ ਨਵੀਂ ਨਿਊਜ਼ ਲੈ ਕੇ ਆਉਂਦੇ ਨੇ, ਕਿਤੇ ਉਹ ਨਿਊਜ਼ ਕਦੇ ਉਹ ਨਿਊਜ਼। ਸੋ 21 ਜੂਨ ਨੂੰ ਇੱਕ ਹੋਰ ਨਵੀਂ ਨਿਊਜ਼ ਆਈ ਹੈ, ਜਿਸ ਵਿੱਚ ਪੋਸਟ ਸਟੱਡੀ ਵਰਕ ਵੀਜ਼ਾ ਨੂੰ ਲੈ ਕੇ ਨਿਊਜ਼ ਹੈ। ਪਹਿਲਾਂ ਜੋ ਸਟੂਡੈਂਟ ਪੋਸਟ ਸਟੱਡੀ ਵਰਕ ਵੀਜ਼ਾ ਅਪਲਾਈ ਕਰਦਾ ਸੀ, ਉਹ ਦੋ ਤਰੀਕੇ ਨਾਲ ਆਪਣਾ ਵਰਕ ਪਰਮਿਟ ਅਪਲਾਈ ਕਰਦਾ ਸੀ, ਇੱਕ ਔਨਲਾਈਨ, ਇੱਕ ਫਲੈਗ ਪੋਲਿੰਗ, ਜਿਹਨੂੰ ਆਪਾਂ ਬਾਰਡਰ 'ਤੇ ਜਾ ਕੇ ਵਰਕ ਪਰਮਿਟ ਲੈਣਾ ਕਹਿੰਦੇ ਸੀ। ਸੋ ਬਹੁਤ ਜ਼ਿਆਦਾ ਕਨਫਿਊਜ਼ਨ ਦੇ ਵਿੱਚ ਸਟੂਡੈਂਟ ਨੂੰ ਪਾਇਆ ਜਾ ਰਿਹਾ ਹੈ ਵੀ ਵਰਕ ਪਰਮਿਟ ਬੰਦ ਹੋਇਆ ਹੈ। ਇੱਦਾਂ ਦੀ ਕੋਈ ਚੀਜ਼ ਨਹੀਂ ਹੋਈ, ਇੱਕੋ ਚੀਜ਼ ਹੋਈ ਹੈ ਵੀ ਪੋਸਟ ਸਟੱਡੀ ਵਰਕ ਵੀਜ਼ਾ ਹੁਣ ਸਿਰਫ ਤੁਹਾਨੂੰ ਔਨਲਾਈਨ ਐਪਲੀਕੇਸ਼ਨ ਦੇ ਥਰੂ ਹੀ ਅਪਲਾਈ ਕਰਨਾ ਪਵੇਗਾ। ਜੋ ਉਹਨਾਂ ਨੂੰ ਫਲੈਗ ਪੁਲਿੰਗ ਦੇ ਥਰੂ ਵਰਕ ਵੀਜ਼ਾ ਮਿਲਦਾ ਸੀ, ਯਾਨੀ ਕਿ ਸੇਮ ਡੇ ਵਰਕ ਪਰਮਿਟ ਇਸ਼ੂ ਹੋ ਜਾਂਦਾ ਸੀ, ਉਹ ਹੁਣ ਨਹੀਂ ਅਪਲਾਈ ਕਰ ਸਕਦੇ। ਸੋ ਘਬਰਾਉਣ ਵਾਲੀ ਗੱਲ ਨਹੀਂ ਹੈ, ਤੁਸੀਂ ਅਜੇ ਵੀ ਆਪਣਾ ਪੋਸਟ ਸਟੱਡੀ ਵਰਕ ਵੀਜ਼ਾ ਲੈ ਸਕਦੇ ਹੋ। ਸਿਰਫ ਤੇ ਸਿਰਫ ਇੱਕੋ ਕੰਡੀਸ਼ਨ ਹੈ ਵੀ ਇੱਕੋ ਵੇ ਨਾਲ ਔਨਲਾਈਨ ਤੁਸੀਂ ਆਪਣਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਧੰਨਵਾਦ।